ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਸਲਾਮ ਨਮਸਕਾਰ ਜੀ। ਤੁਸੀਂ ਦੇਖ ਰਹੇ ਹੋ ਜੀ ਫਤੂਰੋ ਨਿਊਜ਼ ਦੇ ਵਿੱਚ ਪਤੇਂਤੇ। ਇਹ ਜਿਹੜਾ ਪਤੇਂਤੇ ਹੈ ਜੀ ਬਿਲਕੁਲ ਫ੍ਰੀ ਪਤੇਂਤੇ, ਅਤੇ ਇਸ ਦੀਆਂ ਜਿੰਨੀਆਂ ਵੀ ਕਿਸ਼ਤਾਂ ਆਪਾਂ ਇਸ ਦੇ ਵਿੱਚ ਵੀਡੀਓ ਵਿੱਚ ਸਾਰੀਆਂ ਤੁਹਾਨੂੰ ਅਪਲੋਡ ਕਰਾਂਗੇ, ਬਿਲਕੁਲ ਫ੍ਰੀ ਪਾਵਾਂਗੇ ਅਤੇ ਫ੍ਰੀ ਅੱਗੇ ਵੀ ਰਹੇਗਾ। ਜਦੋਂ ਸਾਰਾ ਪਤੇਂਤੇ ਵੀ ਅਪਲੋਡ ਹੋ ਜਾਏਗਾ ਤਾਂ ਵੀ ਤੁਹਾਨੂੰ ਜਿਹੜਾ ਸਾਰਾ ਕੁਝ ਹੈ ਜੀ ਫ੍ਰੀ ਮਿਲੇਗਾ। ਬਸ ਤੁਹਾਡੇ ਕੋਲੋਂ ਸਾਡੀ ਇਹੀ ਗੁਜ਼ਾਰਿਸ਼ ਹੈ ਕਿ ਇਸ ਵੀਡੀਓ ਨੂੰ ਤੁਸੀਂ ਦੂਜੇ ਲੋਕਾਂ ਤੱਕ ਸ਼ੇਅਰ ਜ਼ਰੂਰ ਕਰ ਦਿਓ ਜਿਹੜੇ ਕਿ ਪਤੇਂਤੇ ਕਰਨਾ ਚਾਹੁੰਦੇ ਹਨ, ਤਾਂ ਕਿ ਉਹਨਾਂ ਨੂੰ ਇਹ ਵੀ ਦੱਸ ਦਿਓ ਕਿ ਸਾਰਾ ਕੁਝ ਬਿਲਕੁਲ ਫ੍ਰੀ ਹੈ ਅਤੇ ਅਸੀਂ ਇਸ ਉੱਤੇ ਡੇਲੀ ਵੀਡੀਓ ਜਿਹੜੀਆਂ ਤੁਹਾਨੂੰ ਦੇ ਰਹੇ ਹਾਂ। ਤੋ ਚੱਲਦੇ ਹਾਂ ਆਪਣੀ ਨੈਕਸਟ ਵੀਡੀਓ 'ਤੇ। ਅੱਜ ਦਾ ਆਪਣਾ ਪਾਰਟ 6 ਹੈ ਜੀ। ਬੇਨਤੀ ਇਹੀ ਹੈ ਕਿ ਤੁਹਾਨੂੰ ਕੋਈ ਅਗਰ ਤੁਸੀਂ ਇਹਨਾਂ ਲੈਸਨਾਂ ਨੂੰ ਕਰਦੇ ਹੋ ਤਾਂ ਤੁਸੀਂ ਇੱਕ ਗੱਲ ਦਾ ਖਿਆਲ ਰੱਖਣਾ ਕਿ ਕੁਇਜ਼ ਕਰਨ ਦੀ ਤੁਹਾਨੂੰ ਕੋਈ ਲੋੜ ਨਹੀਂ ਹੈ। ਕੁਇਜ਼ ਦੇ ਚੱਕਰਾਂ ਵਿੱਚ ਬਿਲਕੁਲ ਨਾ ਫਸਿਓ, ਕਿਉਂਕਿ ਜਿਹੜਾ ਕੁਇਜ਼ ਹੈ ਜੀ ਉਹਦੇ ਵਿੱਚ ਤੁਸੀਂ ਬਹੁਤ ਜ਼ਿਆਦਾ ਕਸੂਤੇ ਫਸ ਸਕਦੇ ਹੋ। ਬਿਲਕੁਲ ਇਹੀ ਸਵਾਲ ਕਰਨੇ ਹਨ, ਇਹਦੇ ਵਿੱਚ ਜਿਹੜੇ ਹਰੇ ਸਵਾਲ ਹਨ ਬਿਲਕੁਲ ਸਹੀ ਸਵਾਲ ਹਨ ਅਤੇ ਲਾਲ ਸਵਾਲ ਜਿਹੜੇ ਗਲਤ ਹੋਣਗੇ, ਬਸ ਇਹ ਆਪਣੇ ਆਪ ਦਿਮਾਗ ਦੇ ਵਿੱਚ ਬੈਠਦੇ ਜਾਣੇ ਹਨ। ਅਤੇ ਤੁਸੀਂ ਬਾਕੀ ਇਹਦੇ ਨਾਲ ਜਿਹੜੀ ਥਿਊਰੀ ਹੈ ਜੀ, ਅਗਰ ਤੁਹਾਡੇ ਕੋਲ ਕਿਤਾਬ ਹੈ ਤਾਂ ਥਿਊਰੀ ਤੁਸੀਂ ਜਿਸ ਟੋਪਿਕ ਦੇ ਉੱਤੇ ਆਪਣਾ ਲੈਸਨ ਚੱਲਦਾ ਸਟਾਰਟਿੰਗ ਤੋਂ, ਇੱਕ ਇੱਕ ਲੈਸਨ ਆਪਾਂ ਅੱਗੇ ਵੱਧ ਰਹੇ ਹਾਂ ਇੱਕ ਇੱਕ ਟੋਪਿਕ, ਤੁਸੀਂ ਉਸ ਦੇ ਹਿਸਾਬ ਦੇ ਨਾਲ ਥਿਊਰੀ ਵੀ ਇਸਦੀ ਆਪਣੀ ਕਿਤਾਬ ਦੇ ਵਿੱਚ ਪੜ੍ਹ ਸਕਦੇ ਹੋ ਤਾਂ ਕਿ ਜਿਹੜੀ ਤੁਹਾਨੂੰ ਜਾਣਕਾਰੀ ਹੋਰ ਮਿਲ ਸਕੇ। ਤੋ ਚੱਲਦੇ ਹਾਂ ਆਪਣੇ ਪਹਿਲੇ ਸਵਾਲ ਦੇ ਉੱਪਰ। ਉਹਨਾਂ ਜ਼ੋਨਾ ਆ ਟ੍ਰੈਫਿਕੋ ਲਿਮਿਤਾ ਤੋਂ, ਇਹ ਜ਼ੋਨਾ ਟ੍ਰੈਫਿਕੋ ਲਿਮਿਤਾ ਤੋਂ ਹੁੰਦਾ ਹੈ ਜਿੱਦਾਂ ਕਿ ਤੁਸੀਂ ਕਈ ਵਾਰ ਪਿਆਸੇ ਵਗੈਰਾ ਦੇ ਵਿੱਚ ਜਾਂਦੇ ਹੋ ਸ਼ਹਿਰ ਦੇ ਵਿੱਚ, ਤੁਸੀਂ ਦੇਖਦੇ ਹੋ ਕਿ ਉੱਥੇ ਇੱਕ ਬੋਰਡ ਲੱਗਾ ਹੁੰਦਾ ਹੈ ਜ਼ੋਨਾ ਟ੍ਰੈਫਿਕੋ ਲਿਮਿਤਾ ਤਾਂ, ਉਹਦੇ ਵਿੱਚ ਇਹ ਹੁੰਦਾ ਹੈ ਕਿ ਇਹਦੇ ਵਿੱਚ ਜਿਹੜੀ ਟ੍ਰੈਫਿਕ ਹੈ ਉਹਨਾਂ ਨੇ ਲਿਮਿਟਡ ਕੀਤੀ ਹੋਈ ਹੈ, ਅਤੇ ਵਿੱਚ ਕੋਈ ਵੀ ਬੰਦਾ ਹਰ ਬੰਦਾ ਐਂਟਰ ਨਹੀਂ ਹੋ ਸਕਦਾ, ਉਸ ਦੇ ਉੱਤੇ ਬਕਾਇਦਾ ਲਿਖਿਆ ਹੁੰਦਾ ਹੈ ਕਿ ਕੌਣ ਐਂਟਰ ਹੁੰਦਾ ਹੈ। ਇਹ ਤੁਹਾਨੂੰ ਕਈ ਵਾਰ ਸ਼ਨੀਵਾਰ ਐਤਵਾਰ ਬਾਜ਼ਾਰਾਂ ਦੇ ਵਿੱਚ ਮਿਲਦਾ ਹੈ ਜਾਂ ਜਿੱਥੇ ਜ਼ਿਆਦਾ ਰਸ਼ ਵਗੈਰਾ ਹੋਵੇ ਉੱਥੇ ਉਸ ਏਰੀਏ ਨੂੰ ਜ਼ੋਨਾ ਲਿਮਿਤਾ ਤੋਂ ਬਣਾਇਆ ਜਾਂਦਾ। ਹੁਣ ਚੱਲਦੇ ਹਾਂ ਸਵਾਲ ਦੇ ਉੱਤੇ। ਉਹਨਾਂ ਜ਼ੋਨਾ ਆ ਟ੍ਰੈਫਿਕੋ ਲਿਮਿਤਾ ਤੋਂ, ਇਹ ਉਹਨੇ ਏਰੀਆ ਇਨ ਕੋਈ ਪੋ ਐਸਰੇ ਲਿਮਿਤਾ ਤਾਲਾ ਚੀਰਕੋਲਾਸੀਓਨ, ਚੀਰਕੋਲਾਸੀਓਨ ਹੀ ਹੁੰਦੀ ਹੈ ਆਵਾਜਾਈ, ਦੇ ਵੀਕੋਲੀ ਵੀਕੋਲੀ ਹੁੰਦੀਆਂ ਗੱਡੀਆਂ, ਸੋਲੋ ਇਨ ਅਲਕੂਨੇ ਔਰੇ, ਸੋਲੋ ਮੈਨੇ ਸਿਰਫ ਅਤੇ ਅਲਕੂਨੇ ਹੁੰਦਾ ਕੁਝ ਘੰਟਿਆਂ ਵਾਸਤੇ, ਅਲਕੂਨੇ ਔਰੇ। ਉਹ ਕਹਿੰਦਾ ਕਿ ਜ਼ੋਨਾ ਟ੍ਰੈਫਿਕੋ ਲਿਮਿਤਾ ਤੋਂ ਉਹ ਏਰੀਆ ਹੁੰਦਾ ਹੈ ਜਿੱਥੇ ਕਿ ਟ੍ਰੈਫਿਕ ਦੀ ਆਵਾਜਾਈ ਨੂੰ ਕੁਝ ਘੰਟਿਆਂ ਦੇ ਵਾਸਤੇ ਰੋਕਿਆ ਜਾਂਦਾ ਹੈ ਜਾਂ ਰੈਗੂਲੇਟ ਕੀਤਾ ਜਾਂਦਾ ਹੈ ਜਾਂ ਉਸ ਨੂੰ ਥੋੜ੍ਹਾ ਘੱਟ ਕੀਤਾ ਜਾਂਦਾ ਹੈ। ਸਹੀ ਸਵਾਲ ਹੈ ਜੀ। ਨੈਕਸਟ ਸਵਾਲ ਆਪਣਾ, ਉਹਨਾਂ ਜ਼ੋਨਾ ਆ ਟ੍ਰੈਫਿਕੋ ਲਿਮਿਤਾ ਤੋਂ ਇਹ ਉਹ ਏਰੀਆ, ਨੈਲਾ ਕੁਆਲੇ ਪਾਓ ਐਸਰੇ ਲਿਮਿਤਾ ਤਾਲਾ ਚੀਰਕੋਲਾਸੀਓਨੀ ਸੋਲੋ ਦੀ ਭਾਰਤੀ ਕੁਲਾਰੀ ਕੈਟਾਗਰੀਆ ਦੀ ਵੇਕੋਲੀ। ਉਹ ਕਹਿੰਦਾ ਹੈ ਕਿ ਜ਼ੋਨਾ ਟ੍ਰੈਫਿਕੋ ਲਿਮਿਤਾ ਤੋਂ ਇੱਕ ਉਹ ਏਰੀਆ ਹੁੰਦਾ ਹੈ ਜਿਹਦੇ ਵਿੱਚ ਜਿਹੜੀ ਗੱਡੀਆਂ ਦੀ ਆਵਾਜਾਈ ਹੈ ਕੁਝ ਖਾਸ ਕੈਟਾਗਰੀਆਂ ਦੇ ਵਾਸਤੇ ਹੀ ਬੰਦ ਕੀਤੀ ਜਾਂਦੀ ਹੈ। ਬਿਲਕੁਲ ਸਹੀ ਸਵਾਲ ਹੈ ਜੀ, ਇਸ ਤਰ੍ਹਾਂ ਵੀ ਇਸ ਦੇ ਵਿੱਚ ਹੋ ਸਕਦਾ ਹੈ, ਹੁੰਦਾ ਹੈ। ਤੀਸਰਾ ਸਵਾਲ ਹੈ ਜੀ, ਇਨ ਉਹਨਾਂ ਜ਼ੋਨਾ ਆ ਟ੍ਰੈਫਿਕੋ ਲਿਮਿਤਾ ਤੋਂ ਪੋਸਨੋ ਚਿਰਕੁਲਾਰੇ ਸੋਲੋ ਈ ਵੀਕੋਲੀ ਔਤੋਰਜ਼ਾਦੀ। ਉਹ ਕਹਿੰਦਾ ਹੈ ਕਿ ਜ਼ੋਨਾ ਟ੍ਰੈਫਿਕ ਲਿਮਿਤਾ ਤੋਂ ਦੇ ਵਿੱਚ ਉਹੀ ਗੱਡੀਆਂ ਚੱਲ ਸਕਦੀਆਂ ਹਨ ਜਿਹੜੀਆਂ ਕਿ ਅਧਿਕਾਰਿਤ ਹਨ, ਇਹਨਾਂ ਨੂੰ ਅਥੋਰਟੀ ਹੈ, ਉਹ ਗੱਡੀਆਂ ਚੱਲ ਸਕਦੀਆਂ। ਬਿਲਕੁਲ ਸਹੀ ਸਵਾਲ ਹੈ ਜੀ। ਅਗਲਾ ਹੈ ਜੀ, ਉਹਨਾਂ ਜ਼ੋਨਾ ਆ ਟ੍ਰੈਫਿਕੋ ਲਿਮਿਤਾ ਤੋਂ ਇਹ ਉਨ ਏਰੀਆ ਨੇ ਲਕਵਾਲੇ ਪੋ ਐਸਰੇ ਲਿਮਿਤਾ ਤਾਲਾ ਚਿਰਕੋਲਾਸੀਓਨੇ ਸੋਲੋ ਆ ਪਾਰਟੀਕੁਲਾਰੀ ਕੈਟਾਗਰੀ ਦੀ ਉਤੈਂਤੀ। ਜ਼ੋਨਾ ਟ੍ਰੈਫਿਕੋ ਲਿਮਿਤਾ ਤੋਂ ਕਹਿੰਦਾ ਇੱਕ ਉਹ ਏਰੀਆ ਹੁੰਦਾ ਹੈ ਜਿਹਦੇ ਵਿੱਚ ਆਵਾਜਾਈ ਨੂੰ ਕੰਟਰੋਲ ਦੇ ਵਿੱਚ ਰੱਖਣ ਦੇ ਵਾਸਤੇ ਕੁਝ ਖਾਸ ਕੈਟਾਗਰੀਆਂ ਜਿਹੜੀਆਂ ਹਨ ਉਹਨਾਂ ਨੂੰ ਹੀ ਇਜਾਜ਼ਤ ਮਿਲਦੀ ਹੈ। ਬਿਲਕੁਲ ਸਹੀ ਸਵਾਲ ਹੈ ਜੀ। ਅਗਲਾ ਹੈ ਜੀ, ਉਹਨਾਂ ਜ਼ੋਨਾ ਆ ਟ੍ਰੈਫਿਕੋ ਲਿਮਿਤਾ ਤੋਂ ਇਹ ਦਿਲਿਮਿਤਾਤਾ ਦਾ ਅਪੋਜ਼ਿਟੀ ਸਿਨਿਆਲੀ ਸਤਰਾਦਾਲੀ ਦੀ ਇਨੀਸੀਓ ਏ ਦੀ ਫੀਨੇ। ਉਹ ਕਹਿੰਦਾ ਹੈ ਕਿ ਇੱਕ ਜ਼ੋਨਾ ਟ੍ਰੈਫਿਕੋ ਲਿਮਿਤਾ ਤੋਂ ਦੇ ਵਿੱਚ ਇਸ ਚੀਜ਼ ਨੂੰ ਜ਼ਰੂਰ ਖਿਆਲ ਰੱਖਿਆ ਜਾਂਦਾ ਕਿ ਜਿੱਥੋਂ ਇਹ ਸ਼ੁਰੂ ਹੁੰਦਾ ਹੈ ਜ਼ੋਨਾ ਲਿਮਿਤਾ ਤਾਂ ਉਸਦੇ ਅੱਗੇ ਵੀ ਇੱਕ ਕਰਤੈਲੋ ਲਾਈ ਜਾਂਦੀ ਹੈ, ਸਿਗਨਲ ਦਿੱਤਾ ਜਾਂਦਾ ਹੈ ਕਿ ਇੱਥੋਂ ਇਹ ਜਿਹੜਾ ਜ਼ੋਨਾ ਸ਼ੁਰੂ ਹੋ ਚੁੱਕਾ ਅਤੇ ਜਿੱਥੇ ਖਤਮ ਹੁੰਦਾ ਉੱਥੇ ਜਾ ਕੇ ਵੀ ਇੱਕ ਕਰਤੈਲੀ ਲਾਈ ਜਾਂਦੀ ਹੈ, ਇੱਕ ਜਿਹੜੀ ਸਿਗਨਲ ਹੁੰਦਾ ਹੈ ਜੀ ਪਲੇਟ, ਇੱਕ ਤਰ੍ਹਾਂ ਦਾ ਬੋਰਡ ਸ਼ੁਰੂ ਹੋਣ 'ਤੇ ਔਰ ਐਂਡ ਹੋਣ 'ਤੇ ਲਾਇਆ ਜਾਂਦਾ ਇਸ ਚੀਜ਼ ਦਾ। ਬਿਲਕੁਲ ਸਹੀ ਸਵਾਲ ਹੈ ਜੀ। ਅਤੇ ਹੁਣ ਅਗਲਾ ਸਵਾਲ ਗਲਤ ਸਵਾਲ ਆ ਰਿਹਾ ਹੈ ਜੀ, ਇਸੇ ਟੋਪਿਕ ਦੇ ਉੱਪਰ ਗਲਤ ਸਵਾਲ ਹੈ ਜੀ। ਇਹਦੇ ਵਿੱਚ ਇਸ ਤਰ੍ਹਾਂ ਹੈ ਕਿ ਇਨ ਉਹਨਾਂ ਜ਼ੋਨਾ ਆ ਟ੍ਰੈਫਿਕੋ ਲਿਮਿਤਾ ਤੋਂ ਨੋਨ ਪੋਸਨੋ ਐਂਤਰਾਰੇ ਪਿਓ ਦੀ ਉਨ ਚੇਅਰ ਤੋਂ ਨੂਮਰੋ ਦੀ ਵੀਕੁਲ, ਚੇਅਰ ਤੋਂ ਹੁੰਦਾ ਕੁਝ ਖਾਸ ਗਿਣਤੀ, ਚੇਅਰ ਤੋਂ ਨੂਮਰੋ। ਉਹ ਕਹਿੰਦਾ ਕਿ ਜ਼ੋਨਾ ਟ੍ਰੈਫਿਕੋ ਲਿਮਿਤਾ ਤੋਂ ਦੇ ਵਿੱਚ ਇੱਕ ਖਾਸ ਗਿਣਤੀ ਤੋਂ ਉੱਪਰ ਗੱਡੀਆਂ ਐਂਟਰ ਨਹੀਂ ਹੋ ਸਕਦੀਆਂ। ਬਿਲਕੁਲ ਗਲਤ ਸਵਾਲ ਹੈ ਜੀ, ਗਿਣਤੀ ਦਾ ਇਹਦੇ ਨਾਲ ਕੋਈ ਮਤਲਬ ਨਹੀਂ ਹੁੰਦਾ। ਅਗਲਾ ਹੈ ਜੀ ਗਲਤ ਸਵਾਲ, ਜਿਹੜਾ ਵੀ ਉਹਨਾਂ ਜ਼ੋਨਾ ਆ ਟ੍ਰੈਫਿਕੋ ਲਿਮਿਤਾ ਤੋਂ ਇਹ ਉਹਨਾਂ ਏਰੀਆ ਨੇ ਲਿਕਵਾਲੇ ਇਹ ਕਨਸੈਂਤੀ ਤੋਂ ਸੋਲੋ ਇਹ ਟ੍ਰਾਂਜ਼ਿਟੀ ਦੀ ਚਿਚਲੋ ਮਤੋਰੀ ਇਹ ਵਿੱਚ ਕਲੇਤੇ। ਉਹ ਕਹਿੰਦਾ ਕਿ ਜ਼ੋਨਾ ਟ੍ਰੈਫਿਕੋ ਲਿਮਿਤਾ ਤੋਂ ਇੱਕ ਉਹ ਏਰੀਆ ਹੁੰਦਾ ਹੈ ਜਿਹਦੇ ਵਿੱਚ ਸਿਰਫ ਮੋਤੋਰੀਨੋ 50 CC ਤੋਂ ਥੱਲੇ ਵਾਲੀਆਂ ਗੱਡੀਆਂ ਅਤੇ ਸਾਈਕਲ ਹੀ ਚੱਲ ਸਕਦੇ ਹਨ। ਬਿਲਕੁਲ ਗਲਤ ਸਵਾਲ ਹੈ ਜੀ। ਤੋ ਅਗਲਾ ਸਵਾਲ ਹੈ ਜੀ, ਇਨ ਉਹਨਾਂ ਜ਼ੋਨਾ ਆ ਟ੍ਰੈਫਿਕੋ ਲਿਮਿਤਾ ਤੋਂ ਇਹ ਉਨੇਰੀ ਆ ਸੈਂਪਰੇ ਵੀ ਅਤਾਤਾ ਅਲ ਟ੍ਰਾਂਜ਼ਿਟੋ ਦੇ ਵੀਕੋਲੀ ਆ ਮਤੋਰੇ। ਉਹ ਕਹਿੰਦਾ ਹੈ ਕਿ ਜਿਹੜਾ ਜ਼ੋਨਾ ਟ੍ਰੈਫਿਕੋ ਲਿਮਿਤਾ ਤੋਂ ਹੁੰਦਾ ਹੈ ਇਹਦੇ ਵਿੱਚ ਹਮੇਸ਼ਾ ਸੈਂਪਰੇ ਹੁੰਦਾ ਹੈ ਜੀ, ਹਮੇਸ਼ਾ ਵੀ ਅਤਾਤਾ ਹੁੰਦਾ ਮਨਾਹੀ ਕਿਸੇ ਚੀਜ਼ ਦੀ।
ਅਲ ਟ੍ਰਾਂਜ਼ਿਟੋ, ਟ੍ਰਾਂਜ਼ਿਟੋ ਆਵਾਜਾਈ ਦੇ ਵਹੀਕੋਲੀ ਆਮ ਤੋਰੇ, ਵਹੀਕੋਲੀ ਆਮ ਤੋਰੇ ਮਤਲਬ ਜਿਨ੍ਹਾਂ ਗੱਡੀਆਂ ਦੇ ਵਿੱਚ ਇੰਜਨ ਲੱਗੇ ਹੁੰਦੇ ਹਨ। ਉਹ ਕਹਿ ਰਿਹਾ ਹੈ ਕਿ ਜਿਨ੍ਹਾਂ ਗੱਡੀਆਂ ਦੇ ਵਿੱਚ ਇੰਜਨ ਲੱਗੇ ਹੁੰਦੇ ਹਨ ਉਹਨਾਂ ਗੱਡੀਆਂ ਦੇ ਵਾਸਤੇ ਜ਼ੋਨਾਂ ਟ੍ਰੈਫਿਕ ਲਿਮਿਟ ਤੱਤੋਂ ਦੇ ਵਿੱਚ ਹਮੇਸ਼ਾ ਹੀ ਜਾਣ ਦੀ ਮਨਾਹੀ ਹੁੰਦੀ ਹੈ। ਗਲਤ ਸਵਾਲ ਹੈ ਜੀ, ਬਿਲਕੁਲ ਸਰਾਸਰ ਗਲਤ ਹੈ। ਨੈਕਸਟ ਸਵਾਲ ਆਪਣਾ ਇਸੇ ਟੋਪਿਕ ਦੇ ਉੱਪਰ ਹੈ ਜੀ, ਲਾਸਟ ਸਵਾਲ ਹੈ। ਉਹਨਾਂ ਜ਼ੋਨਾਂ ਆ ਟ੍ਰੈਫਿਕ ਲਿਮਿਟ ਤੱਤੋਂ ਇਹ ਉਨ ਏਰੀਆ ਵੀ ਤੱਤਾ ਅਲ ਟ੍ਰਾਂਜ਼ਿਟੋ ਦੇ ਪੇਦੋਨੀ, ਪੇਦੋਨੀ ਹੁੰਦੇ ਜੀ ਪੈਦਲ ਚੱਲਣ ਵਾਲੇ। ਦੌਰਾਨ ਤੇ ਲਾ ਔਰੇ ਨਤੂਰ ਨੇ, ਔਰੇ ਨਤੂਰ ਨੇ ਹੁੰਦੇ ਜੀ ਰਾਤ ਦਾ ਟਾਈਮ। ਕਹਿੰਦਾ ਕਿ ਜ਼ੋਨਾ ਟ੍ਰੈਫਿਕ ਲਿਮਿਟ ਤੋਂ ਇੱਕ ਇਹੋ ਜਿਹਾ ਏਰੀਆ ਹੁੰਦਾ ਹੈ ਜਿਹਦੇ ਵਿੱਚ ਪੈਦਲ ਚੱਲਣ ਵਾਲਿਆਂ ਵਾਸਤੇ ਰਾਤ ਨੂੰ ਮਨਾਹੀ ਹੁੰਦੀ ਹੈ। ਬਿਲਕੁਲ ਗਲਤ ਸਵਾਲ ਹੈ ਜੀ। ਇਸ ਤਰ੍ਹਾਂ ਜਿਹੜਾ ਟੋਪਿਕ ਸੀ ਇਸਦੇ ਜਿੰਨੇ ਵੀ ਸਵਾਲ ਸਨ ਤੁਹਾਨੂੰ ਕਰਾ ਦਿੱਤੇ ਹਨ, ਅਤੇ ਹੁਣ ਆਪਣਾ ਅਗਲਾ ਟੋਪਿਕ ਸ਼ੁਰੂ ਹੋ ਰਿਹਾ ਜੀ। ਇਸਦੇ ਵਿੱਚ ਇਹਦੇ ਵਿੱਚ ਹੈ ਜੀ ਅਗਲੇ ਟੋਪਿਕ ਇਹਨੂੰ ਪਸਾਜੋ ਐਲਵੈਲੋ, ਇਹ ਪਸਾਜੋ ਲਵੈਲੋ ਦੇ ਉੱਪਰ ਹੈ ਜੀ ਟੋਪਿਕ। ਇਸ ਕਰਕੇ ਤੁਸੀਂ ਆਪਣੀ ਥਿਊਰੀ ਦੇ ਵਿੱਚ ਵੀ ਪਸਾਜੋ ਲਵੈਲੋ ਨੂੰ ਖੋਲ ਸਕਦੇ ਹੋ। ਇਨ ਉਨ ਪਸਾਜੋ ਇਹ ਲਵੈਲੋ ਸੀ ਪੋ ਸੁਨਤਰ ਬਾਰੇ ਲੇ ਬਾਰੀ ਏਰੇ। ਉਹ ਕਹਿੰਦਾ ਹੈ ਕਿ ਪਸਾਜੋ ਵਾਲੇ ਲਵੈਲੋ, ਪਹਿਲਾਂ ਤੁਹਾਨੂੰ ਇਹ ਦੱਸ ਦਿਆਂ ਕਿ ਪਸਾਜੋ ਵਾਲੇ ਲਵੈਲੋ ਕੀ ਹੁੰਦੀ ਹੈ। ਹੁਣ ਤੁਸੀਂ ਸੜਕ 'ਤੇ ਜਾਂਦੇ ਹੋ ਤਾਂ ਅੱਗੇ ਤੁਹਾਨੂੰ ਇੱਕ ਟ੍ਰੇਨ ਦੀ ਲਾਈਨ ਮਿਲਦੀ ਹੈ। ਟ੍ਰੇਨ ਦੀ ਲਾਈਨ ਜਦੋਂ ਲੰਘਦੀ ਹੈ ਤਾਂ ਉਸ ਚੀਜ਼ ਨੂੰ ਹੀ ਪਸਾਜੋ ਆ ਲਵੈਲੋ ਕਹਿੰਦੇ ਹਨ, ਕਿਉਂਕਿ ਉਹ ਇੱਕ ਲੈਵਲ ਦੇ ਉੱਤੇ ਹੁੰਦੀ ਹੈ। ਉਸੇ ਲੈਵਲ ਦੇ ਉੱਤੇ ਹੀ ਟ੍ਰੇਨ ਚੱਲਦੀ ਹੈ ਅਤੇ ਉਸੇ ਲੈਵਲ ਦੇ ਉੱਤੇ ਸੜਕ ਹੈ, ਬਰਾਬਰ ਲੈਵਲ 'ਤੇ। ਇਸ ਨੂੰ ਕਹਿੰਦੇ ਹਨ ਪਸਾਜੋ ਆ ਲਵੈਲੋ। ਜੇ ਮੰਨ ਲਓ ਉੱਤੇ ਪੁਲ ਬਣਿਆ ਹੋਵੇ ਕਿ ਸੜਕ ਜਿਹੜੀ ਉੱਪਰ ਦੀ ਲੰਘ ਜਾਂਦੀ ਹੈ ਗੱਡੀ ਥੱਲਿਓਂ ਦੀ, ਫਿਰ ਉਹ ਪਸਾਜੋ ਆ ਲਵੈਲੋ ਨਹੀਂ ਹੁੰਦੀ। ਅਤੇ ਇਸ ਤਰ੍ਹਾਂ ਇਨ ਉਨ ਪਸਾਜੋ ਆ ਲਵੈਲੋ ਸੀ ਪੋਸਨ ਤਰਵਾਰੇ ਲਈ ਬੈਰੀਅਰ, ਬੈਰੀਅਰ ਇਹ ਹੁੰਦੇ ਹਨ ਜੀ ਫਾਟਕ। ਹਾਂਜੀ, ਉਹ ਕਹਿੰਦਾ ਹੈ ਕਿ ਫਾਟਕ ਤੁਹਾਨੂੰ ਪਸਾਜੋ ਆ ਲਵੈਲੋ ਦੇ ਵਿੱਚ ਮਿਲ ਸਕਦੇ ਹਨ, ਜਿੱਥੇ ਕਿ ਰੇਲ ਦਾ ਫਾਟਕ ਹੁੰਦਾ ਹੈ, ਰੇਲ ਦੀ ਕਰੋਸਿੰਗ ਹੁੰਦੀ ਹੈ। ਬਿਲਕੁਲ ਸਹੀ ਸਵਾਲ ਹੈ ਜੀ। ਅਗਲਾ ਸਵਾਲ ਹੈ ਜੀ, ਇਨ ਉਨ ਪਸਾਜੋ ਆ ਲਵੈਲੋ ਸੀ ਪੋਸਨ ਤਰਵਾਰੇ ਲਈ ਸੈਮੀ ਬੈਰੀਅਰ। ਉਹ ਕਹਿੰਦਾ ਹੈ ਕਿ ਪਸਾਜੋ ਆ ਲਵੈਲੋ ਦੇ ਵਿੱਚ ਤੁਹਾਨੂੰ ਜਿਹੜੇ ਸੈਮੀ ਬੈਰੀਅਰ ਹੁੰਦੇ ਹਨ ਉਹ ਵੀ ਮਿਲ ਸਕਦੇ ਹਨ। ਹੁਣ ਬੈਰੀਅਰ ਅਤੇ ਸੈਮੀ ਬੈਰੀਅਰ ਦੇ ਵਿੱਚ ਫਰਕ ਇਹ ਹੁੰਦਾ ਹੈ ਕਿ ਬੈਰੀਅਰ ਜਿਹੜਾ ਹੁੰਦਾ ਹੈ ਜੀ ਉਹ ਪੂਰੀ ਤਰ੍ਹਾਂ ਸੜਕਾਂ ਨੂੰ ਬੰਦ ਕਰਦਾ ਹੈ, ਸੱਜੇ ਔਰ ਖੱਬੇ ਵਾਲੀ ਸੜਕ ਪੂਰੀ ਬੰਦ ਹੁੰਦੀ ਹੈ, ਉਹਦੇ ਵਿੱਚ ਕਿਸੇ ਪਾਸਿਓਂ ਕੋਈ ਰਸਤਾ ਨਹੀਂ ਦਿੱਤਾ ਜਾਂਦਾ। ਜਦੋਂ ਕਿ ਸੈਮੀ ਬੈਰੀਅਰ ਜਿਹੜਾ ਹੁੰਦਾ ਜੀ ਅੱਧਾ ਅੱਧਾ ਕੀਤਾ ਜਾਂਦਾ ਇਸ ਨੂੰ, ਜਿੱਦਾਂ ਕਿ ਜਿਸ ਪਾਸਿਓਂ ਤੁਸੀਂ ਅੱਗੇ ਨੂੰ ਜਾਣਾ ਹੈ ਉਹਦੇ ਅੱਗੇ ਬੈਰੀਅਰ ਹੁੰਦਾ ਹੈ, ਦੂਜਾ ਪਾਸਾ ਖੁੱਲ੍ਹਾ ਹੁੰਦਾ ਜਿੱਧਰੋਂ ਸੜਕ, ਤੁਸੀਂ ਫੋਟੋ ਵਿੱਚ ਵੀ ਦੇਖ ਸਕਦੇ ਹੋ ਇਸ ਨੂੰ, ਤੁਹਾਨੂੰ ਆਪਣੇ ਆਪ ਪਤਾ ਚੱਲ ਜਾਏਗਾ। ਤੋ ਤੀਸਰਾ ਸਵਾਲ ਹੈ ਜੀ, ਇਨ ਉਨ ਪਸਾਜੋ ਵੈਲ ਵੈਲੋ ਸੀ ਪੋਸਨ ਤਰਵਾਰੇ ਲੇ ਲੂਚੀ ਰੋਸੇ। ਉਹ ਕਹਿੰਦਾ ਕਿ ਪਸਾਜੋ ਵੈਲ ਵੈਲੋ ਦੇ ਵਿੱਚ ਤੁਹਾਨੂੰ ਲਾਲ ਬੱਤੀ ਵੀ ਮਿਲ ਸਕਦੀ ਹੈ, ਪੋਸੋ ਨੂੰ ਹੁੰਦਾ ਵੀ ਮਿਲ ਸਕਦੀ ਹੈ ਤਰਵਾਰੇ ਲੱਭਣੀ। ਇਨ ਵਿਚੀ ਨਾਂਸਾ ਦੀ ਉਨ ਪਸਾਜੋ ਵੈਲ ਵੈਲੋ ਸੀ ਤਰੋਵਾਨੋ ਈ ਪਨੈਲੀ ਦਿਸਤਾਨਜ਼ੀਓ ਮਿਤਰੀਕੀ। ਉਹ ਕਹਿੰਦਾ ਹੈ ਕਿ ਤੁਹਾਨੂੰ ਪਸਾਜੋ ਦੀ ਲਵੈਲੋ ਦੇ ਨੇੜੇ ਜਿਹੜੀਆਂ ਪਨੈਲੀ ਦਿਸਤਾਨਜ਼ੀਓ ਮਿਤਰੀਕੀ ਹੁੰਦੀਆਂ ਹਨ ਇਹ ਮਿਲ ਸਕਦੀਆਂ। ਇਹ ਤੁਸੀਂ ਆਪਣੀ ਥਿਊਰੀ ਦੇ ਵਿੱਚ ਦੇਖ ਸਕਦੇ ਹੋ ਕਿ ਇੱਕ ਤਰ੍ਹਾਂ ਦੀਆਂ ਲੰਬੀਆਂ ਲੰਬੀਆਂ ਪੱਟੀਆਂ ਹੁੰਦੀਆਂ ਹਨ ਚਿੱਟੇ ਰੰਗ ਦੀਆਂ, ਉੱਤੇ ਤਿੰਨ ਲਾਈਨਾਂ ਲੱਗੀਆਂ ਹੁੰਦੀਆਂ ਹਨ ਲਾਲ ਰੰਗ ਦੀਆਂ। ਜਿਹੜੀਆਂ ਲਾਈਨਾਂ ਹੁੰਦੀਆਂ ਹਨ ਜੀ ਇਹ ਡਿਸਟੈਂਸ ਦੱਸਦੀਆਂ ਹਨ, ਇਹਨਾਂ ਨੂੰ ਇਸੇ ਕਰਕੇ ਪਨੈਲੀ ਦਿਸਤਾਨਜ਼ੀਓ ਮਿਤਰੀਕੀ ਕਹਿੰਦੇ ਹਨ। ਅਗਰ ਇੱਕ ਲਾਈਨ ਦਾ ਮਤਲਬ ਹੁੰਦਾ ਹੈ ਜੀ 50 ਮੀਟਰ, ਦੋ ਲਾਈਨਾਂ ਦਾ ਮਤਲਬ 100 ਮੀਟਰ, ਤਿੰਨ ਲਾਈਨਾਂ ਦਾ ਮਤਲਬ 150 ਮੀਟਰ। ਜਿੱਥੋਂ ਇਹ ਸ਼ੁਰੂ ਹੁੰਦੀ ਹੈ ਉਹਦਾ ਮਤਲਬ ਇਹ ਹੁੰਦਾ ਕਿ ਇਸ ਤੋਂ 150 ਮੀਟਰ ਅੱਗੇ ਜਾ ਕੇ ਇੱਕ ਰੇਲ ਦਾ ਫਾਟਕ ਹੈ। ਇਸ ਤਰ੍ਹਾਂ ਸਹੀ ਸਵਾਲ ਹੈ ਜੀ। ਅਗਲਾ ਸਵਾਲ ਹੈ ਜੀ, ਇਨ ਉਨ ਪਸਾਜੋ ਐਲ ਵੈਲੋ ਸੀ ਪੋ ਤਰਵਾਰੇ ਲਾ ਕਰੋਚੇ ਦੀ ਐਸਾਂਦਰੀਆ। ਉਹ ਕਹਿੰਦਾ ਹੈ ਕਿ ਤੁਹਾਨੂੰ ਰੇਲਵੇ ਫਾਟਕ ਦੇ ਨੇੜੇ ਕਰੋਚੇ ਦੀ ਐਸਾਂਦਰੀਆ, ਜਿਹੜਾ ਐਸਾਂਦਰੀਆ ਨਿਸ਼ਾਨ ਹੁੰਦਾ ਹੈ ਜੀ, ਕਰੋਸ ਜਿਹਾ ਇੱਕ ਨਿਸ਼ਾਨ ਹੁੰਦਾ, ਤੁਸੀਂ ਆਪਣੀ ਥਿਊਰੀ ਵਿੱਚ ਦੇਖੋ, ਉਹ ਵੀ ਮਿਲ ਸਕਦਾ। ਬਿਲਕੁਲ ਸਹੀ ਸਵਾਲ ਹੈ ਜੀ। ਅਗਰ ਇੱਕ ਕਰੋਸ ਦਾ ਨਿਸ਼ਾਨ ਮਿਲਦਾ ਤਾਂ ਇਸਦਾ ਮਤਲਬ ਇਹ ਹੈ ਕਿ ਜਿਹੜੀ ਟ੍ਰੇਨ ਹੈ ਜੀ ਸਿੰਗਲ ਲਾਈਨ ਹੈ। ਅਗਰ ਦੋ ਨਿਸ਼ਾਨ ਮਿਲਣਗੇ ਤਾਂ ਟ੍ਰੇਨ ਜਿਹੜੀ ਹੋਈ ਜੀ ਡਬਲ ਹੋਏਗੀ, ਦੋ ਟ੍ਰੇਨ ਦੋ ਪਟੜੀਆਂ ਉਸਦੇ ਉੱਤੇ ਹੋਣਗੀਆਂ। ਤੋ ਅਗਲਾ ਸਵਾਲ ਹੈ ਜੀ, ਇਨ ਉਨ ਪਸਾਜੋ ਅਲ ਵੈਲੋ ਸੀ ਪੋ ਤਰਵਾਰੇ ਉਨ ਡਿਸਪੋਜ਼ਿਟਿਵੋ ਦੀ ਸਿਨਿਆਲਾ ਸਿਓਨੀ ਅਕੁਈਸਤੀਕਾ। ਸਿਨਿਆਲਾ ਸਿਓਨੀ ਅਕੁਈਸਤੀਕਾ ਕੀ ਹੁੰਦਾ ਹੈ ਕਿ ਇੱਕ ਤਰ੍ਹਾਂ ਦਾ ਅਲਾਰਮ, ਇੱਕ ਤਰ੍ਹਾਂ ਦੀ ਘੰਟੀ ਜਿਹੜੀ ਕਿ ਜਦੋਂ ਗੱਡੀ ਲੰਘਦੀ ਹੈ ਅਤੇ ਉਸ ਟਾਈਮ ਵੱਜਦੀ ਹੈ ਗੱਡੀ ਦੇ ਆਉਣ 'ਤੇ। ਉਹ ਕਹਿੰਦਾ ਕਿ ਪਸਾਜੋ ਅਲ ਵੈਲੋ ਜਿੱਦਾਂ ਕਿ ਰੇਲ ਦਾ ਜਿਹੜਾ ਸਾਹਮਣੇ ਕਰੋਸਿੰਗ ਆ ਰਹੀ ਹੈ ਉਹਦੇ ਉੱਤੇ ਤੁਹਾਨੂੰ ਇੱਕ ਤਰ੍ਹਾਂ ਦੀ ਘੰਟੀ ਵਾਲੀ ਜਿਹੜਾ ਕਿ ਯੰਤਰ ਹੈ ਉਹ ਵੀ ਮਿਲ ਸਕਦਾ ਹੈ। ਬਿਲਕੁਲ ਸਹੀ ਸਵਾਲ ਹੈ ਜੀ। ਤੋ ਅਗਲਾ ਗਲਤ ਸਵਾਲ ਹੈ ਜੀ, ਇਸ ਦੇ ਉੱਪਰ ਇਲ ਪਸਾਜੋ ਵੈਲ ਵੈਲੋ ਇਹ ਉਨ ਕੁਅਲ ਕਾਵੀਆ। ਕੁਅਲ ਕਾਵੀਆ ਹੁੰਦਾ ਜੀ ਇੱਕ ਪੁਲ, ਫੈਰੋ ਵਿਆਰੀਓ ਉਹ ਤਰਨ ਵਿਆਰੀਓ। ਉਹ ਕਹਿੰਦਾ ਹੈ ਕਿ ਪਸਾਜੋ ਵੈਲ ਵੈਲੋ ਇੱਕ ਉਹ ਹੁੰਦੀ ਹੈ ਜਿੱਥੇ ਕਿ ਤੁਹਾਨੂੰ ਇੱਕ ਰੇਲ ਦਾ ਜਾਂ ਜਿਹੜਾ ਟ੍ਰੇਨ ਦਾ ਇੱਕ ਪੁਲ ਮਿਲ ਸਕਦਾ ਹੈ। ਬਿਲਕੁਲ ਗਲਤ ਸਵਾਲ ਹੈ ਜੀ। ਇਹਦੇ ਵਿੱਚ ਪਸਾਜੋ ਲਵੈਲੋ 'ਚ ਕੋਈ ਪੁਲ ਵਗੈਰਾ ਨਹੀਂ ਹੁੰਦਾ, ਸੇਮ ਲੈਵਲ ਦੇ ਉੱਤੇ ਸਾਰਾ ਕੁਝ ਚੱਲਦਾ ਹੈ। ਨੈਕਸਟ ਸਵਾਲ, ਇਹਨੂੰ ਪਸਾਜੋ ਲਵੈਲੋ ਸੀ ਪੋਸਨ ਤਰਵਾਰੇ ਲੇ ਲੂਚੀ ਜਾਲੇ ਲਾਂਪੇ ਜਾਂਦੇ। ਉਹ ਕਹਿੰਦਾ ਕਿ ਪਸਾਜੋ ਲਵੈਲੋ ਦੇ ਵਿੱਚ ਤੁਹਾਨੂੰ ਜਿਹੜੇ ਪੀਲੇ ਰੰਗ ਦੀ ਇੱਕ ਲਾਂਪੇ ਜਯੰਤੀ ਹੁੰਦੀ ਹੈ ਜਗਣੀ ਬੁਝਣੀ, ਪੀਲੇ ਰੰਗ ਦੀ ਬੱਤੀ ਜਾਲੇ ਲਾਂਪੇ ਜਯੰਤੀ ਮਿਲ ਸਕਦੀ ਹੈ ਕਿ ਪੀਲੇ ਰੰਗ ਦੀ ਬੱਤੀ ਜਗਦੀ ਬੁਝਦੀ। ਬਿਲਕੁਲ ਗਲਤ ਸਵਾਲ ਹੁੰਦਾ ਜੀ। ਲਾਲ ਬੱਤੀ ਮਿਲ ਸਕਦੀ ਹੈ, ਪੀਲੀ ਬੱਤੀ ਨਹੀਂ ਮਿਲਦੀ, ਇਹ ਕੋਈ ਚੁਰਾਹਾ ਨਹੀਂ ਹੈ। ਅਗਲਾ ਸਵਾਲ ਹੈ ਜੀ, ਇਲ ਪਸਾਜੋ ਲਵੈਲੋ
e caratterizzato dalla presenza di un attraversamento autostradale. O quindi che passaggio a livello di vecchi che oggi che segnal da sé tanto che aggiungere tu si autostrade non par carre attraversamento autostrade presenza di attraversamento perché oggi cartelli leghi hundi è perché tanto è da sé che tu si autostrade non par carre ho te bilkul galt suale ji is tarah bilkul nahi hai agla suale ji in un passaggio a livello si possono trovare le corsi di accelerazione o quindi che passaggio a livello di vecchio ਤੁਹਾਨੂੰ ਕੁਰਸੀਓ ਦੀ ਚੈਲਰਾਸੋਨੇ ਵੀ ਮਿਲ ਸਕਦੇ ਨੇ ਬਿਲਕੁਲ ਗਲਤ ਸਵਾਲ ਹੈ ਇਹ ਕੁਰਸੀਆ ਦੀ ਚੈਲਰਾਸੋਨੇ ਤੁਹਾਨੂੰ ਜਿਹੜੇ ਆਟੋ ਸਟਰਾ ਦੇ ਹੁੰਦੇ ਹਨ ਜਾਂ ਸਟਰਾ ਦੇ ਐਕਸਟਰਾ ਰਵਾਨੇ ਹੁੰਦੇ ਹਨ ਉਹਨਾਂ ਦੇ ਵਿੱਚ ਮਿਲਦੇ ਹਨ ਜੋ ਤੁਸੀਂ ਉਹਨਾਂ ਸਟਰਾਦਿਆਂ ਦੇ ਵਿੱਚ ਐਂਟਰ ਕਰਦੇ ਹੋ ਅਤੇ ਇੱਕ ਛੋਟੀ ਸੜਕ ਜਿਹੜੀ ਤੁਹਾਨੂੰ ਉੱਥੇ ਲੈ ਕੇ ਜਾਂਦੀ ਹੈ ਤਾਂ ਕਿ ਤੁਸੀਂ ਆਪਣੀ ਗੱਡੀ ਦੀ ਸਪੀਡ ਵਧਾ ਸਕੋ ਇਹਨਾਂ ਪਸਾਜੋ ਦੇ ਵਿੱਚ ਇਹ ਬਿਲਕੁਲ ਨਹੀਂ ਮਿਲਦੇ ਅਤੇ ਇਸ ਤਰ੍ਹਾਂ ਇਹ ਗਲਤ ਸਵਾਲ ਹੈ ਤੋ ਨੈਕਸਟ ਸਵਾਲ ਹੈ ਜੀ ਇਲ ਪਸਾਜੋ ਵਾਲੇ ਵੈਲੋ ਇਹ ਉਨ ਪਾਸੋ ਕਾਰਾਬਿਲੇ ਉਹ ਕਹਿੰਦਾ ਕਿ ਜਿਹੜੀ ਪਸਾਜੋ ਵਾਲੇ ਵੈਲੋ ਹੁੰਦੀ ਹੈ ਇੱਕ ਤਰ੍ਹਾਂ ਦੀ ਪਾਸੋ ਕਾਰਾਬਿਲੇ ਹੁੰਦੀ ਹੈ ਬਿਲਕੁਲ ਗਲਤ ਸਵਾਲ ਹੈ ਜੀ ਤੋ ਇਸ ਤਰ੍ਹਾਂ ਇੱਕ ਸਵਾਲ ਹੋਰ ਹੈ ਜੀ ਇਸ ਦੇ ਉੱਪਰ ਲਾਸਟ ਸਵਾਲ ਹੈ ਜੀ ਇਲ ਪਸਾਜੋ ਵਾਲੇ ਵੈਲੋ ਸੀ ਇਲ ਪਸਾਜੋ ਵਾਲੇ ਵੈਲੋ ਇੱਕ ਕਾਰਾਤਰੀਜ਼ਾਤੋ ਦੇ ਲਾ ਪ੍ਰੈਜ਼ੈਂਸਾ ਦੀ ਉਨ ਸੋਤੋ ਪਸਾਜੋ ਉਹ ਕਹਿੰਦਾ ਕਿ ਪਸਾਜੋ ਵਾਲੇ ਵੈਲੋ ਦੇ ਵਿੱਚ ਇੱਕ ਇਹੋ ਜਿਹੀ ਕਾਰਾਤਰੀਜ਼ਾਤੋ ਹੁੰਦੀ ਹੈ ਜਿਹੜੀ ਕਿ ਦੱਸਦੀ ਹੈ ਕਿ ਅੱਗੇ ਇੱਕ ਸੋਤੋ ਪਸਾਜੋ ਪ੍ਰੈਜ਼ੈਂਸਾ ਦੀ ਉਨ ਸੋਤੋ ਪਸਾਜੋ ਸੋਤੋ ਪਸਾਜੋ ਹੁੰਦਾ ਕਿ ਜਿੱਦਾਂ ਸੜਕ ਦੇ ਥੱਲਿਓਂ ਦੀ ਦੂਜੀ ਗੱਡੀ ਲੰਘੇ ਸੜਕ ਦੇ ਵਿੱਚ ਇੱਕ ਡੂੰਘਾਈ ਆਉਂਦੀ ਹੈ ਥੱਲਿਓਂ ਦੀ ਗੱਡੀ ਲੰਘਦੀ ਹੈ ਅਤੇ ਇਸ ਤਰ੍ਹਾਂ ਤੁਸੀਂ ਸਮਝ ਗਏ ਹੋਊਗਾ ਕਿ ਜਿਹੜੇ ਸਵਾਲ ਹਨ ਆਪਾਂ ਦੋ ਟੌਪਿਕ ਦੇ ਉੱਤੇ ਅੱਜ ਸਵਾਲ ਕੀਤੇ ਨੇ ਇੱਕ ਤਾਂ ਆੜੀ ਰੇਲ ਗੱਡੀ ਦਾ ਫਟਕ ਹੈ ਜਿਸ ਦੇ ਉੱਤੇ ਸਵਾਲ ਕੀਤੇ ਗਏ ਹਨ ਦੂਜਾ ਜਿਹੜਾ ਆਪਾਂ ਪਹਿਲਾ ਟੌਪਿਕ ਸੀ ਆਪਣਾ ਉਸਦੇ ਉੱਤੇ ਸਵਾਲ ਕੀਤੇ ਗਏ ਹਨ ਬਾਕੀ ਤੁਸੀਂ ਇਹਨਾਂ ਦੀ ਜਿਹੜੀ ਥਿਊਰੀ ਹੈ ਜੀ ਕਿਤਾਬ ਦੇ ਵਿੱਚ ਥਿਊਰੀ ਉੱਤੇ ਨਿਗਾਹ ਮਾਰ ਸਕਦੇ ਹੋ ਉਹਦੇ ਨਾਲ ਤੁਹਾਡੇ ਗਿਆਨ ਦੇ ਵਿੱਚ ਡਬਲ ਇਜ਼ਾਫਾ ਹੋਏਗਾ ਅਗਰ ਤੁਸੀਂ ਪਹਿਲਾਂ ਥਿਊਰੀ ਵੀ ਦੇਖ ਲਈ ਕਿਤਾਬ ਦੇ ਵਿੱਚ ਉਨਾ ਚੈਪਟਰ ਜਿੰਨਾ ਤੁਹਾਨੂੰ ਇਸ ਦੇ ਵਿੱਚ ਦੱਸਿਆ ਉਸ ਤੋਂ ਬਾਅਦ ਤੁਸੀਂ ਇਹਨਾਂ ਸਵਾਲਾਂ ਨੂੰ ਪੜ੍ਹਿਆ ਅਤੇ ਇਹਦੇ ਨਾਲ ਗਰੰਟੀ ਹੈ ਕਿ ਕੁਇਜ਼ ਨਹੀਂ ਬਿਲਕੁਲ ਕਰਨਾ ਹੈ ਇਹ ਬੇਨਤੀ ਹੈ ਅਗਰ ਤੁਸੀਂ ਕੁਇਜ਼ ਦੇ ਚੱਕਰ ਦੇ ਵਿੱਚ ਫਸ ਗਏ ਤਾਂ ਫਿਰ ਜਿਹੜਾ ਬਹੁਤ ਔਖਾ ਕੰਮ ਹੋ ਜਾਏਗਾ ਜੀ ਕਿਉਂਕਿ ਕੁਇਜ਼ ਦੇ ਵਿੱਚ ਜਿਹੜਾ ਸਮਾਂ ਹੁੰਦਾ ਜ਼ਿਆਦਾ ਬਰਬਾਦ ਹੁੰਦਾ ਅਤੇ ਜਿਹੜਾ ਗਿਆਨ ਹੈ ਤੁਹਾਨੂੰ ਬਹੁਤ ਹੌਲੀ ਹੌਲੀ ਮਿਲੇਗਾ ਇਹ ਜਿਹੜੇ ਸਵਾਲ ਤੁਹਾਨੂੰ ਅਸੀਂ ਤਰੀਕੇ ਨਾਲ ਦੱਸ ਰਹੇ ਹਾਂ ਇਸ ਦੇ ਵਿੱਚ ਤੁਸੀਂ ਰੈਗੂਲਰ ਤੌਰ 'ਤੇ ਚੱਲੋਗੇ ਤਾਂ ਬਹੁਤ ਜ਼ਿਆਦਾ ਫਾਇਦਾ ਪਾਓਗੇ ਅਤੇ ਇਸ ਚੀਜ਼ ਦੀ ਮਤਲਬ ਪੂਰੀ ਪੂਰੀ ਗਰੰਟੀ ਹੈ ਅਤੇ ਬਾਕੀ ਸਾਰਾ ਕੁਝ ਫ੍ਰੀ ਹੈ ਇਸ ਕਰਕੇ ਸਾਡੀ ਸਪੋਰਟ ਜ਼ਰੂਰ ਕਰ ਦਿਓ ਅਤੇ ਵੀਡੀਓ ਨੂੰ ਦੂਜੇ ਤੱਕ ਜ਼ਰੂਰ ਪਹੁੰਚਾ ਦਿਓ ਵੀਡੀਓ ਦੇਖੀ ਧੰਨਵਾਦ ਜੀ